ਡਿਸਟ੍ਰਿਕਟ ਹੁਸ਼ਿਆਰਪੁਰ ਦੇ ਅੰਦਰ ਹੁਣ ਤੱਕ ਅਸੀਂ ਅੱਜ 312 ਹੁਣ ਤੱਕ ਸੈਂਪਲ ਲੈ ਚੁੱਕੇ ਹਾਂ, ਜਿਹਦੇ ਵਿੱਚੋਂ 280 ਦੀ ਰਿਪੋਰਟ ਆ ਚੁੱਕੀ ਹੈ। ਇਹਨਾਂ 'ਚੋਂ 274 ਜਿਹੜੇ ਹੈਗੇ ਆ ਉਹ ਸਾਡੇ ਨੈਗੇਟਿਵ ਸੈਂਪਲ ਆ ਰਹੇ ਹੈ ਔਰ 6 ਸਾਡੀ ਪੋਜ਼ਿਟਿਵ ਸੀਗੀ, ਉਹਨਾਂ 'ਚੋਂ ਇੱਕ ਪੇਸ਼ੈਂਟ ਦੀ ਡੈਥ ਹੋ ਚੁੱਕੀ ਹੈ ਔਰ ਸਾਡੇ ਕੋਲ 21 ਸੈਂਪਲ ਐਸੇ ਨੇ ਜਿਹਨਾਂ ਦੀ ਹਾਲੇ ਰਿਪੋਰਟ ਨਹੀਂ ਆਈ। ਔਰ ਬਾਕੀ ਜੋ ਅਸੀਂ ਐਡਵਾਈਜ਼ਰੀ ਡੇਲੀ ਦਿੰਦੇ ਹਾਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਇਕਾਂਤਵਾਸ ਦੇ ਵਿੱਚ ਲੋਕਾਂ ਨੂੰ ਰਹਿਣਾ ਚਾਹੀਦਾ, ਜਿਹਦੇ ਕਰਕੇ ਜਿਹੜੀ ਲੋਕਲ ਟਰਾਂਸਮਿਸ਼ਨ ਹੈ ਉਹ ਰੁਕ ਸਕੇ ਔਰ ਲੋਕਲ ਟਰਾਂਸਮਿਸ਼ਨ ਜਿਹੜੀ ਹੈ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਜਿਹੜੀ ਹੋਣ ਵਾਲੀ ਹੁੰਦੀ ਹੈ ਉਹ ਤਾਂ ਹੀ ਰੁਕ ਸਕਦੀ ਹੈ ਜੇ ਆਪਾਂ ਆਪਣੇ ਘਰਾਂ ਦੇ ਵਿੱਚ ਇਕਾਂਤਵਾਸ 'ਚ ਰਹਾਂਗੇ ਔਰ ਦੂਸਰਿਆਂ ਨੂੰ ਵੀ ਸਮਝਾਵਾਂਗੇ ਕਿ ਆਪਣੀ ਆਪਣੀ ਜਗ੍ਹਾ 'ਤੇ ਇਕਾਂਤਵਾਸ ਦੇ ਵਿੱਚ ਰਹਿਣਾ ਜ਼ਰੂਰੀ ਹੈ।